ਚੜ੍ਹਦੀ ਚੱਲਦੀ ਬੱਸ 'ਤੇ ਚੜ੍ਹ ਗਿਆ ਥੱਲੇ ਨੂੰ ਕਹਿੰਦੇ ਥੱਲੇ ਉੱਤਰ ਅਸੀਂ ਵੀ ਲੈ ਕੇ ਜਾਣਾ ਜਾਂ ਮਰਦੇ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਥੋੜੂ ਆ ਅਤੇ ਉਸ ਤੋਂ ਬਾਅਦ ਇੱਕਾ ਮਨ ਲੱਗ ਗਿਆ ਕਹਿੰਦਾ ਮੈਂ ਭਾਂਡਾ ਪਤਾ ਨਹੀਂ ਵੀਰੇ ਹੁਣ ਚੜ੍ਹ ਗਿਆ ਇੱਕ ਲੱਖ ਟਿੱਕਾ ਆ ਕੇ ਵਿੱਚ ਅਜੇ ਕਿਹਾ ਥੱਲੇ ਉੱਤਰ ਉੱਤਰਦਾ ਵੀ ਨਹੀਂ ਉੱਪਰ ਤਿਆੜੀਆਂ ਕਰੀ ਮੈਂ ਗਾਲਾਂ ਕੱਢਣ ਲੱਗ ਗਿਆ ਬੱਸ 'ਚ ਸਰਦਾਰ ਜੀ ਮੈਂ ਤਾਂ ਪੈਸੇ ਦੇ ਰਿਹਾ ਹੈਗਾ ਹਜ਼ੂਰ ਸਾਹਿਬ ਦੇ ਦਰਬਾਰ ਸਭਾ ਦੇ ਸਾਹਮਣੇ ਖੜਿਆ ਹੈਗਾ ਹਾਂਜੀ ਹੈਗੇ ਸਰ ਆ ਦੇਖੋ ਚੱਲਦੀ ਬਸ ਇਹਦੇ ਚਲਿਆ ਹੈਗਾ ਮੈਂ ਜਲਦੀ ਪਹੁੰਚ ਜਾਵਾਂ ਆਪਣੇ ਯਹਾਂ ਪਰ ਉੱਧਰ ਨਸ਼ਾ ਕੀਤਾ ਮੈਂ ਰਗੜਾ ਪੀਤਾ ਹੈਗਾ ਸਰ ਰਗੜਾ ਪੀਤਾ ਕੀ ਪੀਤਾ ਵਾ ਰਗੜਾ ਬਾਬੇ ਦੀ ਦੇਖ ਆਪਣੇ ਇੱਥੇ ਰਹੀ ਆ ਕਿਹੜੀ ਜਗ੍ਹਾ ਅਜੰਤਾ ਨਗਰ ਉਹ ਤੁਹਾਨੂੰ ਪਤਾ ਹੀ ਆ ਸਾਈ ਉਹ ਤੁਹਾਨੂੰ ਪੈਂਚਰ ਵਾਲੇ ਕੋਲ ਕਿੰਨੇ ਦੀ ਦਿੱਤੀ ਆ ਵੀਰਾ ਇਹ 60 ਰੁਪਏ ਦੀ ਹਰੀਜਾ ਸ਼ਰਮਾ ਪੰਜਾਬ ਕੇਸਰੀ ਠੀਕ ਹੈ ਜੀ ਮੈਂ ਉਹਨਾਂ ਦਾ ਬੇਟਾ ਹੈਗਾ ਛੋਟਾ ਰਮਨ ਰਮਨ ਮੈਂ ਧੱਕਾ ਲੈਂਦਾ ਹੈਗਾ ਰੇੜੀਆਂ ਨੂੰ ਠੀਕ ਆ ਉਹਨਾਂ ਦੇ ਪੈਸੇ ਮੈਂ ਸਮਾਨ ਪੀਂਦਾ ਹੈਗਾ ਮੈਂ ਕੋਈ ਝੂਠ ਬੋਲਾਂ ਜੀ ਤੂੰ ਆਪਣੀ ਜ਼ਿੰਦਗੀ ਨੂੰ ਵੀ ਧੱਕਾ ਲਾ ਰਿਹਾ ਮੈਨੂੰ ਲੱਗਦਾ ਮਾਰੋ ਚੰਡ ਸਾਲੇ
ਸਾਡੀ ਜਾ ਰਹੀ ਹੈ, ਚੱਲਦੀ ਬਸ ਚ ਚੜ ਗਿਆ, ਗਿਰਦਾ ਗਿਰਦਾ ਪਿਛਲੇ ਟਾਇਰ ਥੱਲੇ ਆ ਜਾਣਾ ਤਾ। ਉਸ ਤੋਂ ਬਾਅਦ ਇਹਨੂੰ ਕਿਹਾ ਗੱਡੀ ਰੋਕ ਕੇ ਵੀ ਥੱਲੇ ਉਤਰ ਜਾ, ਉਤਰਦਾ ਨਹੀਂ ਸੀਗਾ, ਗਾਲਾਂ ਕੱਢਣ ਲੱਗ ਗਿਆ ਬਾਅਦ ਦੇ ਵਿੱਚ, ਕਹਿੰਦਾ ਮੈਂ ਪੈਸੇ ਦੇਣੇ ਤੁਹਾਡਾ ਆਇਆ ਬੋਲਣਾ, ਗਾਲਾਂ ਕੱਢਣ ਲੱਗ ਗਿਆ ਮਾਂ ਭੈਣ ਦੀਆਂ। ਅਸੀਂ ਇੱਥੇ ਆ ਕੇ ਫੇਰ ਲਾਤਾ ਇੱਥੇ ਰੋੜਾ ਚੱਕ ਲਿਆ ਡਰਾਈਵਰ ਤੇ, ਕਹਿੰਦਾ ਅਸੀਂ ਚੱਲ ਮੈਂ ਤੇਰੇ, ਕਹਿੰਦਾ ਮੈਂ ਗੱਡੀ ਭੰਨਦਾ। ਉਸ ਤੋਂ ਬਾਅਦ ਫਿਰ ਹੁਣ ਇੱਥੇ ਲੈ ਕੇ ਆਇਆ।